ਵੀਡੀਓ ਦੇਖ ਰਹੇ ਸਾਰੇ ਸਬਸਕ੍ਰਾਈਬਰਾਂ ਨੂੰ ਅਤੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਪਛਰੀ ਸਰੈਣੀ ਦਾ ਜਾਤੀ ਸਰਟੀਫਿਕੇਟ ਜਿਹੜਾ ਡਾਊਨਲੋਡ ਕਰ ਸਕਦੇ ਹੋ। ਸੋ ਵੀਡੀਓ ਨੂੰ ਅੰਤ ਤੱਕ ਜਰੂਰ ਵਾਚ ਕਰੋ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਆਈਕਨ ਵੀ ਪ੍ਰੈਸ ਜਰੂਰ ਕਰ ਲੈਣਾ। ਪਛਰੀ ਸਰੈਣੀ ਦਾ ਸਰਟੀਫਿਕੇਟ ਜੇਕਰ ਤੁਹਾਡੇ ਕੋਲ ਇਹਦਾ ਸੀਰੀਅਲ ਨੰਬਰ ਹੈ ਤਾਂ ਤੁਸੀਂ ਇਹਨੂੰ ਡਾਊਨਲੋਡ ਕਰਨ ਵਾਸਤੇ ਸਭ ਤੋਂ ਪਹਿਲਾਂ Google ਤੇ ਜਾ ਕੇ ਵਿਜ਼ਿਟ ਕਰੋਗੇ Google ਦੇ ਵੈਬ ਬ੍ਰਾਊਜ਼ਰ ਦੇ ਵਿੱਚ ਤੁਸੀਂ ਟਾਈਪ ਕਰਨਾ ਹੈਗਾ E district Punjab E district Punjab ਟਾਈਪ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਰਸਟ ਨੰਬਰ ਤੇ ਇੱਥੇ ਇੱਕ ਵੈਬਸਾਈਟ ਆਏਗੀ ਬਾਅਦ ਵਿੱਚ ਇਸ ਵੈਬਸਾਈਟ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਵੈਬਸਾਈਟ ਤੇ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਉੱਪਰ ਤੁਸੀਂ ਇਸ ਇਮੇਜ ਦੇ ਉੱਪਰ ਤੁਸੀਂ ਦੇਖੋਗੇ ਬਹੁਤ ਸਾਰੀ ਲਿੰਕ ਤੁਹਾਨੂੰ ਇੱਥੇ ਮੈਂਸ਼ਨ ਹੁੰਦੀ ਹੋਣਗੇ ਡਿਪਾਰਟਮੈਂਟ ਲੌਗਇਨ ਤੇ ਵੈਰੀਫਾਈ स्टेटस स्टेटस वेरिफिकेशन स्टेटस ਤੇ ਜਾ ਕੇ ਤੁਸੀਂ ਕਲਿੱਕ ਕਰ ਦੇਣਾ ਹੈਗਾ वेरिफिकेशन स्टेटस ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਹੁਣ ਆਪਣਾ ਇਹਦੇ ਵਿੱਚ ਜਿਹੜਾ ਤੁਹਾਡਾ ਡਾਕੂਮੈਂਟ ਦਾ ਸੀਰੀਅਲ ਨੰਬਰ ਹੈਗਾ ਜੇਕਰ ਤੁਹਾਡੇ ਕੋਲ ਡਾਕੂਮੈਂਟ ਦਾ ਸੀਰੀਅਲ ਨੰਬਰ ਹੈ ਤਾਂ ਫਿਰ ਤੁਸੀਂ ਇਹਦੇ ਵਿੱਚ ਟਾਈਪ ਕਰ ਦੇਣਾ ਹੈਗਾ ਡਾਕੂਮੈਂਟ ਦਾ ਸੀਰੀਅਲ ਨੰਬਰ ਜਦੋਂ ਤੁਸੀਂ ਆਪਣਾ ਸੁਵਿਧਾ ਕੇਂਦਰ ਤੇ ਵਿੱਚ ਜਾ ਕੇ ਕਾਸਟ ਸਰਟੀਫਿਕੇਟ ਅਪਲਾਈ ਕਰਦੇ ਹੈਗੇ ਹੋ ਐਸਸੀ ਦਾ ਤੇ ਬੀਸੀ ਦਾ ਜਾਂ ਫਿਰ ਜਨਰਲ ਕੈਟਾਗਰੀ ਦਾ ਠੀਕ ਹੈ ਕੋਈ ਵੀ ਹੋਵੇ ਮਜ਼ਬੂਦਾ ਹੋਵੇ ਜਾਂ 12ਵੀਂ ਕੇ ਹੋਣ ਜਾਂ ਫਿਰ ਅਦਰ ਕਾਸਟ ਦਾ ਹੋਵੇ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਅਪਲਾਈ ਹੋਣ ਤੋਂ ਬਾਅਦ ਜਦੋਂ ਤੁਹਾਡਾ ਡਾਕੂਮੈਂਟ ਬਣ ਜਾਂਦਾ ਹੈਗਾ ਤੇ ਤੁਹਾਡੇ ਮੋਬਾਈਲ ਨੰਬਰ ਤੇ ਐਸਐਮਐਸ ਆਉਂਦਾ ਹੈਗਾ ਕਿ ਤੁਹਾਡਾ ਕਾਸਟ ਸਰਟੀਫਿਕੇਟ ਤੁਹਾਡਾ ਰੈਡੀ ਹੋ ਚੁੱਕਾ ਹੈ ਤੇ ਯੂਅਰ ਡਾਕੂਮੈਂਟ ਸੀਰੀਅਲ ਨੰਬਰ ਦਿਓ ਉਹ ਡਾਕੂਮੈਂਟ ਸੀਰੀਅਲ ਨੰਬਰ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਹੈਗਾ ਸੀਰੀਅਲ ਨੰਬਰ ਇਹਦੇ ਵਿੱਚ ਟਾਈਪ ਕਰ ਦਿੱਤਾ ਤੇ ਗੋਧ ਤੇ ਜਾ ਕੇ ਕਲਿੱਕ ਕਰ ਦਿੱਤਾ ਗੋਧ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਇੱਕ ਆਪਸ਼ਨ ਜਿਹੜੀ ਆ ਉਹ ਆ ਜਾਂਦੀ ਹੈ ਜਿਵੇਂ ਤੁਸੀਂ ਦੇਖ ਰਹੇ ਹੈਗੇ ਉਹ ਕਲਿਕ ਹੇਅਰ ਟੂ ਵਿਊ ਦੀ ਡਾਕੂਮੈਂਟ ਬਸ ਹੁਣ ਤੁਸੀਂ ਇਹਦੇ ਤੇ ਕਲਿਕ ਹੇਅਰ ਤੇ ਕਲਿਕ ਕਰ ਦੇਣਾ ਹੈਗਾ ਬਾਕੀ ਤੁਹਾਡਾ ਹੋਲੋਗ੍ਰਾਮ ਦਾ ਨੰਬਰ ਵੀ ਇੱਥੇ ਮੈਂਸ਼ਨ ਹੋ ਰਿਹਾ ਹੈਗਾ ਹੋਲੋਗ੍ਰਾਮ ਨੰਬਰ ਜਿਹੜਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਡਾਊਨਲੋਡ ਕਰਨ ਵਾਸਤੇ ਤੁਸੀਂ ਕਲਿਕ ਹੇਅਰ ਟੂ ਵਿਊ ਦੀ ਡਾਕੂਮੈਂਟ ਤੇ ਜਾ ਕੇ ਕਲਿਕ ਕਰ ਦੇਣਾ ਹੈਗਾ ਤੇ ਤੁਹਾਡਾ ਸਰਟੀਫਿਕੇਟ ਜਿਹੜਾ ਆ ਇੱਥੇ ਓਪਨ ਹੋ ਕੇ ਆ ਜਾਂਦਾ ਜਿਵੇਂ ਕਿ ਤੁਸੀਂ ਦੇਖ ਰਹੇ ਹੈਗੇ ਹੋ ਤੁਹਾਡਾ ਨਾਮ ਆ ਰਿਹਾ ਹੋਏਗਾ ਇਹ ਫਿਕਸ ਹੋਲੋਗ੍ਰਾਮ ਹੇਅਰ ਹੋਲੋਗ੍ਰਾਮ ਵਾਸਤੇ ਦਾ ਤੁਸੀਂ ਪ੍ਰਿੰਟ ਆਊਟ ਕਢਵਾ ਲੈਣਾ ਹੈਗਾ ਪ੍ਰਿੰਟ ਆਊਟ ਕਢਵਾਉਣ ਤੋਂ ਬਾਅਦ ਤੁਸੀਂ ਇਹਨੂੰ ਸੁਵਿਧਾ ਕੇਂਦਰ ਵਿੱਚ ਲੈ ਕੇ ਜਾਣਾ ਹੈ ਸੁਵਿਧਾ ਕੇਂਦਰ ਵਿੱਚੋਂ ਤੁਸੀਂ ਇੱਕ ਇੱਥੇ ਹੋਲੋਗ੍ਰਾਮ ਲਗਵਾਉਣਾ ਹੈਗਾ ਤੇ ਇੱਕ ਤੁਸੀਂ ਸਟੈਂਪ ਤੇ ਸਿਗਨੇਚਰ ਜਿਹੜੇ ਆ ਉਹ ਇੱਥੇ ਕਰਵਾਣੇ ਆ ਫਿਰ ਤੁਸੀਂ ਇਸ ਸਰਟੀਫੀਕੇਟ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋਗੇ ਉਹ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਐਸੀ ਬੀਸੀ ਪਛੜੀ ਸਿਰਿਆਣੀਆਂ ਦੇ ਵਿੱਚ ਜੋ ਵੀ ਬਿਲੋਂਗ ਕਰਦੇ ਹੈਗੇ ਨੇ ਕੈਂਡੀਡੇਟ ਉਹ ਆਪਣਾ ਸਰਟੀਫਿਕੇਟ ਇੱਥੋਂ ਡਾਊਨਲੋਡ ਕਰ ਸਕਦੇ ਨੇ ਕਿਉਂਕਿ ਕਿਸੇ ਟਾਈਮ ਕੀ ਹੁੰਦਾ ਹੈ ਕਿ ਸਰਟੀਫਿਕੇਟ ਅਪਲਾਈ ਹੋਤਾ ਜਾਂਦਾ ਹੈ ਬਟ ਕਈਆਂ ਦਾ 1 ਮਹੀਨੇ ਬਾਅਦ ਆਉਂਦਾ ਕਈਆਂ ਦਾ 2 ਮਹੀਨੇ ਬਾਅਦ ਆਉਂਦਾ ਕਿਸੇ ਨੂੰ ਅਮਰਜੈਂਸੀ ਜ਼ਰੂਰਤ ਹੁੰਦੀ ਹੈ ਤਾਂ ਉਹ ਇਸ ਤਰੀਕੇ ਨਾਲ ਡਾਊਨਲੋਡ ਕਰਕੇ ਆਪਣਾ ਕੰਮ ਜਿਹੜਾ ਉਹ ਚਲਾ ਸਕਦਾ ਸੋ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਮਿਲਾਂਗੇ ਫਿਰ ਇੱਕ ਨਵੇਂ ਵੀਡੀਓ ਨਾਲ ਵੀਡੀਓ ਵੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਕਿ ਤੁਹਾਡੇ ਚੈਨਲ ਦੇ ਤੁਸੀਂ ਇਦਾਂ ਦੀਆਂ ਵੀਡੀਓ ਹੋਰ ਦੇਖ ਸਕੋ ਧੰਨਵਾਦ